ਭਾਵੇਂ ਕਿ ਅੱਜ ਸਮੇਂ 'ਚ ਹਰ ਚੀਜ਼ ਦੇ ਨਾਲ ਨਾਲ ਖਾਣ ਪਾਣ 'ਚ ਵੀ ਬਦਲਾਅ ਆ ਗਿਆ, ਦੀਵਾਲੀ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਅਤੇ ਗਿਫਟ ਦੇਣ ਦੇ ਟ੍ਰੈਂਡ ਵੀ ਚੱਲ ਪਏ ਨੇ, ਪਰ ਮਾਲਵੇ ਦੇ ਲੋਕਾਂ 'ਚ ਅੱਜ ਵੀ ਤਿੱਥ ਤਿਉਹਾਰ 'ਤੇ ਘਰ ਦੇ ਬਿਸਕੁਟ ਕਢਵਾਉਣ ਦਾ ਰਿਵਾਜ ਬਰਕਰਾਰ ਹੈ, ਜਿਸ ਕਰਕੇ ਦੀਵਾਲੀ ਮੌਕੇ ਬਿਸਕੁਟ ਬਣਾਉਣ ਵਾਲੀ ਦੁਕਾਨਾਂ ਅਤੇ ਪਿੰਡਾਂ 'ਤੇ ਲੋਕਾਂ ਦੀਆਂ ਲਾਈਨਾਂ ਵੇਖੀਆਂ ਜਾ ਸਕਦੀਆਂ ਨੇ, ਜਿੱਥੇ ਮਿਠਾਈਆਂ ਵਿੱਚ ਵੱਡੀ ਮਾਤਰਾ 'ਚ ਆਈ ਮਿਲਾਵਟ ਦੀਆਂ ਖ਼ਬਰਾਂ ਕਰਕੇ ਵੀ ਲੋਕਾਂ ਦੇ ਵਿੱਚ ਬਿਸਕੁਟ ਦਾ ਕਰੇਜ਼ ਕਾਫ਼ੀ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਦੇ ਲੋਕਾਂ ਵੱਲੋਂ ਆਪਣੀ ਮਨਮਰਜ਼ੀ ਦੇ ਨਾਲ ਬਿਸਕੁਟਾਂ ਵਿੱਚ ਦੁੱਧ, ਘਿਓ, ਖੰਡ, ਆਟਾ ਲਿਆਂਦਾ ਜਾਂਦਾ ਹੈ, ਜਿਸ ਨੂੰ ਮਿਕਸ ਕਰਕੇ ਉਹਨਾਂ ਦੇ ਬਿਸਕੁਟ ਬਣਾਏ ਜਾਂਦੇ ਨੇ। ਭੀੜ ਤਾਂ ਬਹੁਤ ਹੈ ਜੀ ਸਾਡੇ ਕੋਲ, ਵੀ ਕੰਮ ਸਾਡੇ ਕੋਲ ਮੁੱਕਦਾ ਨੀਗਾ, ਵੀ ਲੋਕ ਆਪਦਾ ਸਮਾਨ ਲੈ ਕੇ ਆਉਂਦੇ ਹੈਗੇ, ਦੁੱਧ ਵੱਧ ਸਾਰਾ ਕੁਝ ਆਪਦਾ ਘਰ ਦਾ ਲੈ ਕੇ ਆਉਂਦੇ ਹੈਗੇ, ਅਸੀਂ ਤਾਂ ਆਪਦੀ ਬਣਵਾਈ ਲੈਂਦੇ ਹਾਂ 50 ਰੁਪਏ, ਵੀ ਅਸੀਂ ਤਾਂ ਇਹੀ ਕਹਿੰਦੇ ਹਾਂ ਲੋਕਾਂ ਨੂੰ ਵੀ ਮਿਠਾਈਆਂ ਤੋਂ ਬਚਣ, ਵੀ ਆਪਦਾ ਕੁਛ ਲਿਆ ਕੇ ਹੱਥੀਂ ਵੀ ਆਪਦਾ ਕਢਵਾਉਣ ਸਾਰਾ ਕੁਛ। ਇੱਕ ਦਿਨ ਦੇ ਵਿੱਚ ਕਿੰਨਾ ਕੁ ਕੱਢ ਦਿੰਦੇ ਤੁਸੀਂ? ਅਸੀਂ ਕੱਢ ਦਿੰਦੇ ਹਾਂ ਜੀ 60-70 ਕਿਲੋ ਆਟਾ ਕੱਢ ਦਿੰਦੇ ਹਾਂ ਜੀ। ਬਿਸਕੁਟ ਕਢਾਉਣਾ ਆ ਵੀ ਕੁੜੀਆਂ ਨੂੰ ਵੀ ਇਹੀ ਦਿੰਦੇ ਹਾਂ ਅਸੀਂ, ਮਿਠਾਈਆਂ 'ਚ ਬਹੁਤ ਉਹ ਆ ਮਿਲਾਵਟ ਹੈ ਜੀ, ਅਤੇ ਆਪਦੇ ਬੱਚੇ ਵੀ ਖਾਂਦੇ ਆ, ਘਰ ਦਾ ਦੁੱਧ ਹੈ, ਘਰ ਦੀ ਖੰਡ ਹੈ, ਘਿਓ ਹੈ, ਅਤੇ ਇਹ ਸਸਤਾ ਪੈਂਦਾ ਜੀ ਆਪਦੇ ਬੱਚਿਆਂ ਨੂੰ, ਅਤੇ ਆਹ ਪੈਂਦਾ ਜੀ। ਹਾਂਜੀ ਲੋਕਾਂ ਨੂੰ ਵੀ ਕਹਿਣੇ ਜੀ ਇਹੀ ਕਢਾਓ ਅਤੇ ਬੱਚਿਆਂ ਨੂੰ ਖਵਾਓ ਅਤੇ ਆਪਦੇ ਬੱਚਿਆਂ ਨੂੰ ਦਿਓ ਜੀ। ਅਸੀਂ ਜੀ ਇਹੀ ਸੇਧ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਅਸੀਂ ਆਹ ਦੇਖੋ ਜੀ ਅਸੀਂ ਬਿਸਕੁਟ ਕਢਾਉਣਾ ਹੈ, ਸਾਡਾ ਆਪਦਾ ਸਮਾਨ ਹੈ ਜੀ ਘਰ ਦਾ, ਇਹ ਵਿਰਸਾ ਹੈ, ਮੈਂ ਇਹ ਸਮਝਾਉਣਾ ਵੀ ਮਿਠਾਈਆਂ ਤੋਂ ਬਚੋ, ਇਹ ਪੁਰਾਤਨ ਚੀਜ਼ਾਂ ਆਪਣੀਆਂ, ਪੁਰਾਣਾ ਬਿਸਕੁਟਾਂ ਦਾ ਜਿਹੜਾ ਵੀ ਰੀਤ ਆਪਣੀ, ਆਪਦਾ ਦੇਸੀ ਘਿਓ, ਆਪਦੀ ਖੰਡ, ਆਪਦਾ ਆਟਾ, ਆਪਦਾ, ਮੈਂ ਇਹੀ ਸੇਧ ਦੇਣਾ ਚਾਹੁੰਦਾ ਵੀ ਮਿਠਾਈਆਂ ਤੋਂ ਬਚੋ, ਠੀਕ ਹੈ ਜੀ, ਆਪਦਾ ਹੱਥੀਂ ਤਿਆਰ ਕਰਵਾ ਕੇ ਲਿਆਉਂਦੇ ਹਾਂ, ਇਹ ਬਹੁਤ ਵਧੀਆ ਚੀਜ਼ ਹੈ, ਪੁਰਾਣਾ ਵਿਰਸਾ ਜੀ ਆਪਣਾ ਬਿਸਕੁਟਾਂ ਦਾ। ਉਧਰ ਲੋਕਾਂ ਦਾ ਵੀ ਕਹਿਣਾ ਹੈ ਕਿ ਪੁਰਾਣੀ ਪਰੰਪਰਾ ਹੈ ਅਤੇ ਉੱਥੋਂ ਦੇ ਬਿਸਕੁਟ ਕਢਵਾ ਕੇ ਉਹ ਆਪਣੀਆਂ ਧੀਆਂ ਨੂੰ ਵੀ ਦੇ ਕੇ ਆਉਂਦੇ ਨੇ, ਜਦਕਿ ਕੁਛ ਲੋਕ ਇਹ ਵੀ ਮੰਨਦੇ ਨੇ ਕਿ ਹੁਣ ਮਿਠਾਈਆਂ 'ਚ ਮਿਲਾਵਟ ਦੀਆਂ ਖ਼ਬਰਾਂ ਨੂੰ ਵੇਖ ਕੇ ਬਿਸਕੁਟ ਖੁਦ ਬਣਵਾਏ ਜਾਂਦੇ ਨੇ ਅਤੇ ਇਸ ਨੂੰ ਚੰਗਾ ਵੀ ਮੰਨਿਆ ਜਾਂਦਾ, ਅਤੇ ਇਹ ਮਿਠਾਈ ਦੇ ਨਾਲੋਂ ਸਸਤੇ ਵੀ ਪੈਂਦੇ ਨੇ। ਤਲਵੰਡੀ ਸਾਬੋ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ, ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।